ਏ ਆਜੀ 132 ਕੇਵੀ ਟਾਂਗਰਾ ਸਬਸਟੇਸ਼ਨ ਜਿੱਥੇ ਡਿਊਟੀ ਕਰ ਰਹੇ ਨੇ ਨੋਡਲ ਇਨਚਾਰਜ ਬਣਾਏ ਨੇ ਐਕਸੀਨ ਬਟਾਰੀ ਸਲਵਿੰਦਰ ਸਿੰਘ ਹਿਰ ਉਹਨਾਂ ਦੇ ਨਾਲ ਸਿਵਲ ਐਕਸੀਨ ਡਿਜ਼ਾਈਨਰ ਪਟਿਆਲੇ ਤੋਂ ਉਹਨਾਂ ਦੀ ਅਣਗਹਿਲੀ ਕਰਕੇ ਅੱਜ ਇੱਥੇ 132 ਕੇਵੀ ਟਾਂਗਰਾ ਦੇ ਬ੍ਰੇਕਰ ਨੂੰ ਅੱਗ ਲੱਗ ਗਈ ਤੇ ਨਾਲ ਦੀ ਨਾਲ ਬੱਸਵਾਰ ਨੂੰ ਵੀ ਅੱਗ ਲੱਗ ਗਈ ਇਹਨਾਂ ਪੜੇ ਲਿਖਿਆ ਨੇ ਇੰਜੀਨੀਅਰਾਂ ਨੇ ਪਾਣੀ ਪਾ ਕੇ ਬੱਸਵਾਰ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਆ ਹੋ ਇਹਦਾ ਜਿਹੜਾ ਨੁਕਸਾਨ ਹੋਇਆ ਵਾ ਇਹ ਮਹਿਕਮੇ ਨੂੰ ਦੱਸ ਦਿੱਤਾ ਗਿਆ ਕਿ ਆ ਦੇਖੋ ਬ੍ਰੇਕਰਾਂ ਨੂੰ ਅੱਗ ਲੱਗੀ ਤੇ ਚੇਅਰਮੈਨ ਸਾਹਿਬ ਚੀਫ ਸਾਹਿਬ ਇੱਥੇ ਬੰਦੀ ਕਾਰਵਾਈ ਕੀਤੀ ਜਾਵੇ ਜੋ ਮਹਿਕਮੇ ਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਬਹੁਤ ਜ਼ਿਆਦਾ ਵੇਖੋ